ਨਮਸਕਾਰ ਮੈਂ ਹੈਪੀ ਸਿੰਗਲਾ ਪੀਵੀ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ। ਮੌਕੇ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਰਾਣੀਆਂ ਤੋਂ, ਜਿਵੇਂ ਕਿ ਅੱਜ ਕਿਸਾਨ ਸੰਮੇਲਨ ਹੈ। ਕਿਸਾਨ ਸੰਮੇਲਨ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਹੌਂਸਲੇ ਬੁਲੰਦ ਹੈ। ਸਾਡੇ ਨਾਲ ਜੁੜ ਚੁੱਕਿਆ ਹੈ ਇੱਕ ਛੋਟਾ ਜਿਹਾ ਬੱਚਾ ਜਿਹਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ, ਤੈਨੂੰ ਦਿੱਲੀ ਨਹੀਂ ਇਕੱਠ ਪਰੇਸ਼ਾਨ ਕਰੂਗਾ। ਗੱਲ ਕਰਵਾਉਂਦੇ ਹਾਂ ਉਸ ਬੱਚੇ ਨਾਲ ਅਤੇ ਜਾਣਦੇ ਹਾਂ ਉਸਦੇ ਮਨ ਦੇ ਵਿਚਾਰ। ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ। ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਇਹਨਾਂ ਕੱਤੀਆਂ ਦੇ ਅੱਗੇ ਤੂੰ ਕਰੋੜ ਹੋਣਗੇ, ਤੇਰੀ ਧੌਣ ਦੇ ਜੋ ਮਰ ਕੇ ਮਰੋੜ ਹੋਣਗੇ। 80 ਵਰੇ ਦੇ ਆ ਬਾਬਿਆਂ ਤੋਂ ਲੈ ਕੇ ਥਾਪੜਾਂ, 80 ਵਰੇ ਦੇ ਆ ਬਾਬਿਆਂ ਤੋਂ ਲੈ ਕੇ ਥਾਪੜਾਂ, ਤੈਨੂੰ ਜੰਗ ਦਾ ਐਲਾਨ ਨੌਜਵਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਬਸ 4-5 ਘੰਟਿਆਂ ਦੀ ਬਾਤ ਦਿੱਲੀ ਹੈ, ਤੈਨੂੰ ਯਾਦ ਕਰਵਾ ਦਿਆਂਗੇ ਔਕਾਤ ਦਿੱਲੀ ਹੈ। ਸਾਨੂੰ ਮਾਣ ਰਵੇ ਰਾਈ ਇਤਿਹਾਸ ਦੇ ਉੱਤੇ, ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ, ਤੈਨੂੰ ਦਿੱਲੀ ਹੈ ਇਕੱਠ ਪਰੇਸ਼ਾਨ ਕਰੂਗਾ। ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਨਾਮ ਕੀ ਬੇਟਾ ਤੁਹਾਡਾ? ਮੇਰਾ ਨਾਮ ਸ਼ਿਵਾਸ ਸਿੰਘ। ਕਿੱਥੋਂ ਬਿਲੋਂਗ ਕਰਦੇ? ਆਈ ਪਿੰਡ ਗੋਬਿੰਦਪੁਰਾ। ਭੀੜਾਂ ਨਾਲ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ, ਸਾਡੀਆਂ ਫਸਲਾਂ ਦਾ ਕਾਤੋਂ ਲਾਉਂਦੇ ਮੁੱਲ ਵਪਾਰੀ। ਪੀੜਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ, ਸਾਡੀਆਂ ਫਸਲਾਂ ਦਾ ਕਾਤੋਂ ਲਾਉਂਦੇ ਮੁੱਲ ਵਪਾਰੀ। ਆਖੋ ਸਰਕਾਰਾਂ ਨੂੰ ਨੀ ਸਾਨੂੰ ਹੂੰ ਵਿੱਚ ਲਾ ਕੇ ਬੋਲੀ, ਅਸੀਂ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਦੀ ਹੋਲੀ, ਅਸੀਂ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਦੀ ਹੋਲੀ। ਹਾਲਤ ਉਸ ਮਾਂ ਵਰਗੀ ਬੱਚਾ ਜੰਮਣ ਤੇ ਸੁੱਕ ਜਾਏ ਛਾਤੀ, ਪੱਲੇ ਪੰਡਾਂ ਕੱਖਾਂ ਦੀਆਂ ਆ ਇੱਕ ਪੱਲੀ ਤੇ ਇੱਕ ਦਾਤੀ, ਪੱਲੇ ਪੰਡਾਂ ਕੱਖਾਂ ਦੀਆਂ ਆ ਇੱਕ ਪੱਲੀ ਤੇ ਇੱਕ ਦਾਤੀ। ਮੀਂਹ ਪਵੇ ਪਹਾੜਾਂ 'ਚ ਸਾਡਾ ਕੋਠਾ ਚੋਣ ਲੱਗ ਜਾਂਦਾ, ਬਰਸਾਤ ਦੀ ਹੋਲੀ ਨੂੰ ਦੱਸ ਕੀ ਮਾਣੇ ਸੁੱਕਾ ਟਾਂਡਾ, ਅਸੀਂ ਢੁੱਕਦੇ ਮਰ ਜਾਣਾ ਕਮਲੀ ਇਹ ਜੇ ਨਾ ਅੱਗ ਫਰੋਲੀ, ਅਸੀਂ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਦੀ ਹੋਲੀ, ਅਸੀਂ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਦੀ ਹੋਲੀ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਵਲੀ ਹੈ ਜੀ। ਕਿਹੜੇ ਪਿੰਡ ਤੋਂ ਆਏ ਹੋ? ਆਪਣਾ ਜੀ ਆਈ ਪਿੰਡ ਆ, ਗੋਬਿੰਦਪੁਰਾ ਪਿੰਡ ਆ ਜੀ ਆਪਣਾ। ਕੇਂਦਰੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਬਸ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ, ਜਿਹੜੇ ਤੁਸੀਂ 3 ਕਾਲੇ ਕਾਨੂੰਨ ਲਾਗੂ ਕੀਤੇ ਆ, ਇਹਨਾਂ ਨੂੰ ਵਾਪਸ ਲੈ ਲਓ ਜਲਦੀ ਤੋਂ ਜਲਦੀ, ਨਹੀਂ ਤਾਂ 26 ਤਰੀਕ ਨੂੰ ਦਿੱਲੀ ਦੇ ਵਿੱਚ ਅਸੀਂ ਜਿਵੇਂ ਇੱਥੇ ਇਕੱਠ ਕਰਿਆ ਟਰੈਕਟਰ ਨਾਲ ਇਕੱਠ ਕੀਤਾ, ਉਵੇਂ ਹੀ ਅਸੀਂ ਉੱਥੇ ਯਾਨੀ ਕਿ ਪਹੁੰਚ ਇੰਨਾ ਹੀ ਇਕੱਠ ਉੱਥੇ ਹੋਵੇਗਾ, ਇਸ ਤੋਂ ਜ਼ਿਆਦਾ ਹੀ ਹੋਵੇਗਾ ਜੀ ਉੱਥੇ ਜੀ। ਹਾਂਜੀ।